ਅਸਲਾਮ ਵਾਲੇਕਮ ਜੀ ਕੀ ਹਾਲੇ ਜੀ ਤੁਸੀਂ ਠੀਕ ਠਾਕ ਹੋ ਮੇਰੇ ਸਾਰੇ ਪਾਕਿਸਤਾਨੀ ਪੈਣ ਬਰਾ ਸਭ ਠੀਕ ਠਾਕ ਹੋ ਜੀ ਤੁਸੀਂ ਵੈਲਕਮ ਟੂ ਮਾਈ ਚੈਨਲ ਵਲੋਗਿੰਗ ਇਨ ਫਰਾਂਸ ਤੇ ਜੀ ਅਸੀਂ ਵੀ ਠੀਕ ਠਾਕ ਹਾਂ ਤੇ ਇੱਕ ਸੋਨੇ ਜਿਹਾ ਖੂਬਸੂਰਤ ਦਿਨ ਦਾ ਆਗਾਜ਼ ਹੋ ਚੁੱਕਾ ਹੈ ਤੇ ਵੇਖੋ ਜੀ ਬਦਲਾ ਨੇ ਡੇਰੇ ਲਾ ਲਏ ਨੇ ਸਾਡੇ ਹਲ ਜੀ ਦੋ ਦਿਨ ਦੀ ਕਾਫੀ ਠੰਡ ਬਣੀ ਹੋਈ ਹੈ ਉਮੀਦ ਹੈ ਤੁਹਾਡੇ ਹਲ ਵੀ ਬਣੀ ਹੋਈ ਹੋਗੀ ਤੇ ਜੀ بارش ਦਾ ਮੌਸਮ ਮੈਂ ਤੇ ਦੋ ਦਿਨਾਂ ਤੋਂ بارش ਲਗਾਤਾਰ ਲੱਗੀ ਹੋਈ ਹੈ ਤੇ ਮੌਸਮ ਜੀ ਫੇਰ ਇੱਕ ਵਾਰੀ ਠੰਡਾ ਹੋ ਗਿਆ ਤੇ ਜੀ ਪਹਿਲਾਂ ਤੇ ਗਰਮੀ ਆ ਗਈ ਸੀ ਤੇ ਅਸੀਂ ਕਿਹਾ ਬਸ ਹੁਣ ਗਰਮੀ ਨੇ ਡੇਰੇ ਲਾ ਲਨੇ ਪਰ ਜਿਨੇ ਮੌਸਮ ਨੇ ਅੱਲਾ ਕੀਤਾ ਤੇ ਫੇਰ ਠੰਡਾ ਹੋ ਗਿਆ ਤੇ ਬੱਦਲ ਤੇ ਹਵਾਵਾਂ ਤੇ ਬਾਰਿਸ਼ ਦੁਬਾਰਾ ਤਵਾ ਗਈ ਤੇ ਰੋਜ਼ੇ ਦਾ ਅਹਿਸਾਸ ਹੀ ਨਹੀਂ ਹੁੰਦਾ ਤੇ ਜੀ ਅੱਜ ਦੀ ਮੇਰੀ ਮੇਰੀ ਜਿਹੜੀ ਵੀਡੀਓ ਹੈ ਉਹ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਬਹੁਤ ਹੀ ਜ਼ਰੂਰੀ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵੇਖਣਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟਸ ਜੀ ਲਾਜ਼ਮੀ ਕੀਤਾ ਕਰੋ ਥੱਲੇ ਤੇ ਤੁਸੀਂ ਜੀ ਮੇਰੀ ਇਸ ਵੀਡੀਓ ਨੂੰ ਵੇਖਣਾ ਹੈ ਕਿ ਮੈਂ ਅੱਜ ਦੀ ਵੀਡੀਓ ਵਿੱਚ ਕੀ ਐਮ ਪੈਗਾਮ ਇੱਕ ਦੇਣਾ ਹੈ ਤੁਹਾਨੂੰ ਤੇ ਉਮੀਦ ਹੈ ਤੁਸੀਂ ਉਸ ਪੈਗਾਮ ਨੂੰ ਖੁਦ ਅਮਲ ਵੀ ਕਰੋਗੇ ਉਹਦੇ ਤੇ ਉਸ ਨੂੰ ਅੱਗੇ ਵੀ ਸ਼ੇਅਰ ਲਾਜ਼ਮੀ ਕਰਨਾ ਹੈ ਤੇ ਵੇਖੋ ਜੀ ਅੱਜ ਫਿਰ ਮੈਂ ਕਿੱਧਰ ਜਾਣਾ ਸੀ ਉਹ ਵੀ ਵੇਖੋ ਜੀ ਮੈਂ ਕਿੱਧਰ ਕੀ ਕਰਨ ਜਾਣੀ ਆ ਲੋ ਜੀ ਇੱਥੇ ਮੈਂ ਜੀ ਬਸ ਵਿੱਚ ਬਹਿ ਚੁੱਕੀ ਸਾਂ ਤੇ ਮੈਂ ਬੜੀ ਜ਼ਰੂਰੀ ਚੀਜ਼ ਇੱਕ ਲੈਣੀ ਸੀ ਤੇ ਉਹਦੇ ਵਾਸਤੇ ਜੀ ਮੈਂ ਆਪਣੇ ਹਸਬੰਦ ਨਾਲ ਘਰ ਨਿਕਰੋ ਨਿਕਲੀ ਹਾਂ ਤੇ ਉਹਨਾਂ ਨੇ ਕਿਹਾ ਕਿ ਮੈਂ ਉੱਥੋਂ ਕੰਮ ਤੇ ਟੁਰ ਜਾਵਾਂਗਾ ਤੇ ਤੂੰ ਲੈ ਕੇ ਘਰ ਵਾਪਸ ਆ ਜਾਈ ਜੇ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵੇਖਣਾ ਹੈ ਤੇ ਐਂਡ ਤੁਹਾਨੂੰ ਪਤਾ ਚੱਲੇਗਾ ਕਿ ਮੈਂ ਕੀ ਸ਼ੈ ਲੈ ਕੇ ਆਈ ਹਾਂ ਤੇ ਜੀ ਬੜੀ ਜ਼ਰੂਰੀ ਸੀ ਮੇਰੇ ਜੀ ਵਾਸਤੇ ਅੱਛਾ ਜੀ ਮੈਂ ਜੀ ਤੁਹਾਡੇ ਨਾਲ ਇੱਕ ਜਿਹੜੀ ਗੱਲ ਕਰਨੀ ਸੀ ਉਹ ਇਹ ਕਰਨੀ ਸੀ ਕਿ ਅੱਜ ਮੇਰਾ ਦਿਲ ਬਹੁਤ ਹੀ ਸੁਬਾਹ ਦਾ ਜੀ ਗਮਗੀਨ ਤੇ ਅਫਸੁਰਦਾ ਹੈ ਤੇ ਉਹ ਕਿਸ ਵਾਸਤੇ ਜੀ ਮੈਂ ਅੱਜ ਇੱਕ ਵਾਕਿਆ ਸੁਣਿਆ ਤੇ ਵੇਖਿਆ ਤੇ ਮੈਨੂੰ ਬੇਹਾਦ ਅਫਸੋਸ ਹੋਇਆ ਤੇ ਇੱਕ ਜੀ ਫੈਸਲਾਬਾਦ ਸਬਨਾਬਾਦ ਦੇ ਰਹਿਣੇ ਵਾਲਾ ਇੱਕ 22 ਸਾਲਾ ਨੌਜਵਾਨ ਲੜਕਾ ਸੀ ਜਿਹਦੇ Eid ਤੋਂ ਬਾਅਦ ਜੀ ਸ਼ਾਦੀ ਹੋਣੀ ਤੇ ਜੀ ਇਹ ਗੱਭਰੂ ਜਵਾਨ ਮੁੰਡਾ ਹੈ ਮੈਂ ਜਿਸ ਦੀ ਤੁਹਾਡੇ ਨਾਲ ਗੱਲ ਕਰ ਰਹੀ ਸਾਂ ਤੇ ਇਸ ਨਾਲ ਜੀ ਇਹ ਹਾਦਸਾ ਪੇਸ਼ ਹੋਇਆ ਤੇ ਜੀ 1 ਮਿੰਟ ਵਾਸਤੇ ਘਰੋਂ ਬਾਹਰ ਜਦੋਂ ਨਿਕਲੇ ਆ ਤੇ ਪਤੰਗ ਦੀ ਡੋਰ ਨਾਲ ਜੀ ਇਸ ਦਾ ਗਰਦਨ ਜਿਹੜੀ ਏ ਉਹ ਸਾਰੀ ਕੱਟ ਗਈ ਏ ਬਾਈਕ ਉੱਤੇ ਸੀ ਤੇ ਗਰਦਨ ਨਾਲ ਇਸ ਦਿਨ ਬਿਲਕੁਲ ਥੋੜੀ ਸਾਰੀ ਟਕਰਾਈ ਏ ਜਿਹੜੀ ਨੁਕੀਲੀ ਕੋਈ ਡੋਰ ਪਤੰਗ ਦੀ ਸੀ ਉਹਦੇ ਨਾਲ ਜੀ ਇਸ ਦਾ ਗਲਾ ਜਿਹੜਾ ਉਹ ਇੰਜ ਜ਼ਿਬਾ ਹੋ ਗਿਆ ਫਿਰ ਜਿਵੇਂ ਜੀ ਕੁਰਬਾਨੀ ਵਾਲੇ ਦਿਨ ਜਾਨਵਰ ਜ਼ਿਬਾ ਹੁੰਦੇ ਨੇ ਤੇ ਲੋਹ ਲੁਹਾਨ ਜੀ ਸੜਕ ਉੱਤੇ ਪਿਆ ਸੀ ਤੇ ਇਹ ਕਿਸੇ ਦੇ ਮਾਂ ਦਾ ਬੇਟਾ ਸੀ ਕਿਸੇ ਭੈਣ ਦਾ ਭਾਈ ਸੀ ਇਹਦੀ ਜੀ شادی ਹੋਣ ਵਾਲੀ ਸੀ ਈਦ ਤੋਂ ਸੋਰੀ ਰਮਜ਼ਾਨ ਤੋਂ ਬਾਅਦ ਇਸਦੀ شادی ਹੋਣੀ ਸੀ ਫੌਰਨ ਬਾਅਦ ਤੇ ਜਦ ਤੁਸੀਂ ਫੇਸਬੁੱਕ ਤੇ ਜਾਣਾ ਹੈ ਜਾਂ YouTube ਤੇ ਜਾਣਾ ਤੁਸੀਂ ਇਹਦੀ ਵੀਡੀਓ ਕਰੋ ਜੀ ਜੁਮੇਹਲ ਦਿਨ ਦਾ ਵਾਕਿਆ ਤੇ ਮਿਹਰਬਾਨੀ ਕਰਕੇ ਮੇਰੀਆਂ तमाम ਬੈਣਾਂ ਨੂੰ ਇਹ ਤਾਂ ਮਾ ਮਾਵਾਂ ਨੂੰ ਇਹ ਮੇਰੀ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਤੇ ਤਵੱਜਾ ਦਿਓ ਜਦੋਂ ਡੋਰਾਂ ਜਾਂ ਪਤੰਗਾਂ ਕਾਰਾ ਲੈ ਕੇ ਆਉਂਦੇ ਨੇ ਤੇ ਉਹਨਾਂ ਨਾਲ ਵੇਖੋ ਕਿ ਸਾਡੇ ਬੱਚੇ ਕੀ ਕਰ ਰਹੇ ਨੇ ਓਕੇ ਇਸ ਤਰ੍ਹਾਂ ਦੀ ਜਿਹੜਾ ਨਾ ਡੋਰ ਨੂੰ ਯੂਜ਼ ਕਰਦੇ ਨੇ ਨੋਕੀਲੀ ਤੇ ਇਤਨੀ ਤੇਜ਼ ਡੋਰਾਂ ਜਿਹੜੀਆਂ ਨੇ ਉਹ ਕਾਰਪੈਣਾ ਤੇ ਲਿਓ ਨਾ ਉਹਨਾਂ ਤੇ ਮੁਕੰਮਲ پابੰਦੀ ਹੋਣੀ ਚਾਹੀਦੀ ਬੈਨ ਲੱਗ ਜਾਣਾ ਚਾਹੀਦਾ ਮੈਂ ਕਹਿੰਦੀ ਆ ਕਿ ਪਤੰਗ ਬਾਜ਼ੀ ਤੇ ਮੁਕੰਮਲ ਬੈਨ ਲੱਗ ਜਾਣਾ ਚਾਹੀਦਾ ਇੰਤਜ਼ਾਮੀਆਂ ਸਾਡੇ ਤੇ ਉਹਨੇ ਜੀ ਸੁੱਤੀ ਹੋਈ ਹੈ ਤੇ ਮਾਵਾ ਜਿਹੜੀਆਂ ਨਕਸੂਸਨ ਆਪਣੇ ਬੱਚਿਆਂ ਵੱਲ ਧਿਆਨ ਦਿਓ ਉਹਨਾਂ ਨੂੰ ਪਤੰਗਬਾਜ਼ੀ ਤੋਂ ਰੋਕੋ ਖੁਦਾਰਾ ਇਹ ਕੰਮ ਨਾ ਕਰਨ ਦਿਓ ਤੇ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਵੀ ਸਵਾਲ ਹੈ ਲੋ ਜੀ ਇੱਥੇ ਜੀ ਅਸੀਂ ਆਪਣੀ ਮੰਜ਼ਿਲ ਤੇ ਜੀ ਫਿਰ ਪਹੁੰਚ ਗਏ ਸਾ ਅਸੀਂ ਜੀ ਇਸ ਜਗ੍ਹਾ ਤੇ ਆਉਣਾ ਸੀ ਇਹ ਜੀ ਵਿਕਤਵਾ ਇਸ ਨੂੰ ਕਹਿੰਦੇ ਨੇ ਤੇ ਇਹ ਜੀ ਮੇਨ ਬਗਦਦ ਦਾ ਇਹ ਵੀ ਮਰਕਜ਼ ਹੀ ਹੈ ਤੇ ਇੱਥੇ ਵੀ ਜੀ ਇਹਨਾਂ ਦੀਆਂ ਕਾਫੀ ਤਾਰੀਖੀ ਇਮਾਰਤਾਂ ਨੇ ਤੇ ਇਹ ਵੇਖੋ ਜੀ ਟਰਮ ਜਾ ਰਹੀਆਂ ਨੇ ਬੱਸ ਇਹਨਾਂ ਦੀ ਟਰਮਾਂ ਬੜੀਆਂ ਖੂਬਸੂਰਤ ਹੁੰਦੀਆਂ ਨੇ ਤੇ ਜੀ ਇਹ ਵੇਖੋ ਜੀ ਹਸੀਨ ਤਰੀਨਾਂ ਦੀਆਂ ਇਮਾਰਤਾਂ ਤੇ ਤਾਰੀਖੀ ਇਮਾਰਤਾਂ ਨੇ ਤੇ ਇਸ ਜਗ੍ਹਾ ਨੂੰ ਵਿਕਟੋਆ ਆਖਿਆ ਜਾਂਦਾ ਹੈ ਤੇ ਇੱਥੇ ਜੀ ਕਾਫੀ ਇੰਡੀਅਨ ਤੇ ਬੰਗਾਲੀ ਦੁਕਾਨਾਂ ਨੇ ਅਸਰ ਮੇਰਾ ਮੇਨ ਕੰਮ ਜੀ ਅੱਜ ਉਹਨਾਂ ਕੋਲ ਸੀ ਮੈਂ ਉਹਨਾਂ ਕੋਲ ਕੋਈ ਚੀਜ਼ਾਂ ਲੈਣੀਆਂ ਸਨ ਤੇ ਜੀ ਇਹ ਸਾਹਮਣੇ ਜਿਹੜਾ ਹੈ ਵੇਖ ਵੇਖ ਰਹੇ ਹੋ ਤੁਸੀਂ ਡਰਮ ਜਿਹੜੀ ਹੈ ਉਸ ਦਾ ਟਰੈਕ ਸੀ ਇਧਰ ਸੇਟ ਜੀ ਡਰਮ ਵੀ ਗੁਜ਼ਰਦੀ ਹੈ ਤੇ ਜੀ ਇਹ ਸਾਹਮਣੇ ਇਹਨਾਂ ਦੇ ਵੇਖੋ ਜੀ ਕਾਰ ਸਾਨ ਹੋਟਲ ਸਾਨ ਇੱਥੇ ਬਾਹਰ ਸੀ ਤੇ ਇੱਥੇ ਜੀ ਇਹ ਜੀ ਬੜੀ ਜਗ੍ਹਾ ਖੂਬਸੂਰਤ ਮੈਨੂੰ ਲੱਗੀ ਮੈਂ ਪਹਿਲੀ ਦਫਾ ਜੀ ਇੱਥੇ ਵੀ ਆਈ ਆ ਮੈਂ ਪਹਿਲਾਂ ਇੱਥੇ ਵਿਜ਼ਿਟ ਨਹੀਂ ਸੀ ਕੀਤਾ ਤੇ ਅੱਜ ਮੌਸਮ ਬੜਾ ਸੋਹਣਾ ਸੀ ਤੇ ਮੈਂ ਕਿਹਾ ਚਲੋ ਜ਼ਰਾ ਜੇ ਥੋੜਾ ਚਲੋ ਹੋਰ ਨਹੀਂ ਤੇ ਆਊਟਿੰਗ ਹੀ ਹੋ ਜਾਂਦੀ ਹੈ ਖੂਬਸੂਰਤ ਮੌਸਮ ਹੋਵੇ ਤੇ ਜੀ ਘਰ ਭਾਣੇ ਤੇ ਵੀ ਦਿਲ ਨਹੀਂ ਕਰਦਾ ਤੇ ਜੀ ਇਹ ਗੇਟ ਤੇ ਹੈ ਜਿਸ ਜਿਵੇਂ ਸਾਡਾ ਲਾਹੌਰ ਇੱਕ ਗੇਟ ਹੈ ਜੀ ਉਸ ਦੀ ਤਰ੍ਹਾਂ ਲੱਗ ਰਿਹਾ ਸੀ ਤੇ ਇਹ ਜੀ ਇਹਨਾਂ ਦੀ ਯੂਨੀਵਰਸਿਟੀ ਹੈ ਮੇਨ ਜੀ ਅਬੋਗਦੋਦ ਦੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਕੈਂਪਸ ਹੈ ਇਹਨਾਂ ਦਾ ਤੇ ਨਾਲ 12 ਬੜੀਆਂ ਸੀ ਇਹਨਾਂ ਦੀਆਂ ਤੇ ਨਾਲ ਜੀ ਯੂਨੀਵਰਸਿਟੀ ਨਾਲ ਐ ਵੇਖੋ ਜੀ ਇੱਥੇ ਜੀ ਹੋਟਲ ਵੀ ਹਨ ਤੇ ਜੀ ਬੜੀ ਖੂਬਸੂਰਤ ਜਗਾ ਸੀ ਬਸ ਜਾ ਰਹੀ ਸੀ ਤੇ ਬੰਦੇ ਜੀ ਬਸ ਚੱਲ ਸੋ ਚੱਲ ਤੇ ਚੱਲ ਸੋ ਚੱਲ ਐ ਵੇਖੋ ਜੀ ਹੋਟਲ ਐ ਆਲਾ ਤੇ ਇਹ ਨਾਲ ਯੂਨੀਵਰਸਿਟੀ ਐ ਵਾਲੀ ਐ ਤੇ ਜੀ ਵੇਖੋ ਕਿੰਨੀ ਸਹੂਲਤ ਐ ਕਿ ਉੱਥੇ ਯੂਨੀਵਰਸਿਟੀ ਤੇ ਉੱਥੇ ਨਾਲ ਬਹਿ ਕੇ ਖਾਣਾ ਖਾ ਲਓ ਉੱਥੇ ਨਾਲ ਹੋਟਲ ਬਣਿਆ ਸੀ ਤੇ ਜੀ ਇੱਥੇ ਟਰੰਮ ਜਿਹੜੀ ਐ ਉਹ ਖੜੀ ਸੀ ਤੇ ਅਸੀਂ ਹੁਣ ਟਰੰਮ ਤੇ ਬਾਹਾਂ ਸੀ ਤੇ ਅਸੀਂ ਕਿਆ ਬਹਿ ਲੈਂਦੇ ਹੁਣ ਜ਼ਰਾ ਜਿਹੜਾ ਨਾ ਸ਼ਹਿਰ ਸੱਪਟਾ ਹੋ ਜਾਏ ਥੋੜਾ ਜਿਹਾ ਤੇ ਉਹ ਦੇਖੋ ਜੀ ਇਹ ਜੀ ਇਨਾਂ ਦਾ ਇਹ ਵੀ ਜੀ ਮੋਨੂਮੈਂਟ ਸੀ ਇਨਾਂ ਦੇ ਜੀ ਫੇਰ ਸਾਰੇ ਮੋਨੂਮੈਂਟ ਨੇ ਇੱਕ ਇਨਾਂ ਦਾ ਮੋਨੂਮੈਂਟ ਨਹੀਂ ਹੈ ਤੇ ਇਹ ਵੀ ਇਨਾਂ ਦਾ ਮੋਨੂਮੈਂਟ ਸੀ ਇਨਾਂ ਦੇ ਜੀ ਜਿਹੜੇ ਟੌਪ 5 ਮੋਨੂਮੈਂਟਸ ਨੇ ਉਹਨਾਂ ਦੇ ਜੀ ਮੈਂ ਤੁਹਾਨੂੰ ਕੁਝ ਵੀ ਖਾ ਛੜੇ ਨੇ ਤੇ ਕੁਝ ਜੀ ਜੀ ਵੀ ਖਾਣੇ ਨੇ ਉਹ ਮੈਂ ਤੁਹਾਨੂੰ ਦੱਸਦੀ ਆ ਜੀ ਇਨਾਂ ਦੇ ਕਿਹੜੇ ਤੇ ਜੀ ਇਹ ਇਨਾਂ ਦੇ ਪੰਜ ਜੀ ਮੋਨੂਮੈਂਟਸ ਨੇ ਇਨਾਂ ਚ ਕੋ ਜੀ ਮੈਂ ਵੇਖ ਲੈਨੇ ਆਪੇ ਵੀ ਤੇ ਤੁਹਾਨੂੰ ਵੀ ਵਿਖਾ ਛੜੇ ਨੇ ਤੇ ਕੁਝ ਵੇਖਣੇ ਨੇ ਜੇ ਓ ਜੀ ਅਸੀਂ ਬਾਅਦ ਜੇ ਫਿਰ ਵੇਖਾਂਦੇ ਇਨਸ਼ਾਅੱਲਾ Eid ਉੱਤੇ ਚੱਲ ਕੇ ਤੇ ਜੀ ਐਤ ਤੇ ਫਿਰ ਮੈਂ ਘਰ ਵਾਪਸੀ ਵਾਸਤੇ ਜੀ ਬੱਸ ਲੈ ਲਈ ਸੀ ਤੇ ਹਸਬੰਡ ਮੇਰੇ ਕੰਮ ਤੇ ਚਲੇ ਗਿਆ ਸਾਨ ਤੇ ਮੈਂ ਜੀ ਜੋੜੀਆਂ ਚੀਜ਼ਾਂ ਲੈਣੀਆਂ ਸਨ ਉਹ ਮੈਂ ਇੱਥੋਂ ਕੀ ਲੈਣ ਆਈ ਸਾਂ ਇੱਥੇ ਜੀ ਬੰਗਾਲੀ ਤੇ ਇੰਡੀਅਨ ਦੁਕਾਨਾਂ ਸਨ ਇੱਥੇ ਵਿਕਤਵਾਤੇ ਤੇ ਇੱਥੋਂ ਜੀ ਮੈਂ ਚੁੱਕੇ ਜੀ ਸਾਰੇ ਮਸਾਲੇ ਪਾਕਿਸਤਾਨੀ ਜਿਹੜੇ ਜੀ ਪੂਰਾ ਸਾਲ ਹੋ ਗਿਆ ਤੇ ਮੈਨੂੰ ਕਿ ਇੱਥੋਂ ਕਿਸੇ ਵੀ ਜਗ੍ਹਾ ਤੋਂ ਨਹੀਂ ਮਿਲੇ ਸਾਂ ਤੇ ਇੱਕ ਮੇਰੀ ਦੋਸਤ ਨੇ ਮੈਨੂੰ ਦੱਸਿਆ ਉਹ ਵੀ ਜਿੱਥੇ ਮੈਂ ਕਲਾਸ ਲੈਣ ਜਾਂਦੀ ਆ ਕਿ ਇਸ ਜਗ੍ਹਾ ਤੇ ਸਾਰੇ ਪਾਕਿਸਤਾਨੀ ਮਸਾਲੇ ਮਿਲ ਜਾਂਦੇ ਨੇ ਤੇ ਜੀ ਸ਼ਾਨ ਵਾਲਿਆਂ ਦੇ ਮਹ ਲਿਆਂਦੇ ਮਸਾਲੇ ਜੀ ਚਾਟ ਮਸਾਲਾ ਤੇ ਬਰੀਆਨੀ ਮਸਾਲਾ ਤੇ ਕੋਰਮਾ ਮਸਾਲਾ ਤੇ ਜੀ ਇਸ وجہ ਤੋਂ ਅੱਜ ਮੈਂ ਆਈ ਸਾ ਤੇ ਉਮੀਦ ਹੈ ਜੀ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਮੇਰਾ ਜਿਹੜਾ ਇਹ ਮੈਸੇਜ ਹੈ ਇਸ ਵੀਡੀਓ ਵਿੱਚ ਇਹ ਜੀ لازمی ਇਸ ਤੇ ਅਮਲ ਕਰਨਾ ਤੇ ਇਸ ਨੂੰ ਅੱਗੇ ਵੀ ਸ਼ੇਅਰ ਕਰਨਾ ਜੀ ਤਾਂ ਕਿ ਜੀ ਕਿਸੇ ਦੀ ਜ਼ਿੰਦਗੀ ਬਚ ਸਕੇ ਤੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ لازمی ਕਰੋ ਜੀ ਤੇ ਮੈਨੂੰ ਹੁਣ ਦਿਓ ਇਜਾਜ਼ਤ ਇਨਸ਼ਾਅੱਲਾ ਜੀ ਫਿਰ ਨੈਕਸਟ ਵੀਡੀਓ ਵਿੱਚ ਜ਼ਰੂਰ ਮਿਲਾਂਗੇ ਆਪਣਾ ਤੁਸੀਂ ਧਿਆਨ ਸਦਾ ਖਿਆਲ ਰੱਖਣਾ ਮਿੰਦਾਵਾਂ ਯਾਦ ਰੱਖਣਾ ਤੇ ਮੇਰੀ ਵੀਡੀਓ ਨੂੰ ਪਸੰਦ ਕੀਤਾ ਕਰੋ ਤੇ ਦੱਸਿਆ ਕਰੋ ਕਿ ਵੀਡੀਓ ੱਚੀ ਲੱਗਦੀ ਹੈ ਜਾਂ ਨਹੀਂ ਤੇ ਵੇਖੋ ਜੀ ਬਿਲਡਿੰਗ ਜੀ ਇਹਨਾਂ ਦੀ ਕਿੰਨੀ ਵੱਡੀ ਬਿਲਡਿੰਗ ਹੈ ਜੀ ਤੇ ਫਿਰ ਮਿਲਾਂਦੇ ਜੀ ਆਪਾਂ ਨੈਕਸਟ ਵੀਡੀਓ ਵਿੱਚ ਓਕੇ ਟਿਲ ਦੈਨ ਜੀ ਅੱਲਾ ਹਾਫਿਜ਼